ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੱਦਾਂ ਹੋ ਜੀ ਸਾਰੇ? ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋ ਗਏ, ਆਪਾਂ ਆਪਣੇ ਘਰਾਂ ਦੇ ਵਿੱਚ ਆਸੇ ਵਾਸਤੇ ਰਾਜੀ ਖੁਸ਼ੀ ਹੋ ਗਏ ਜੀ। ਸਵਾਗਤ ਹੈ ਜੀ ਤੁਹਾਡਾ ਫਿਰ ਤੋਂ ਤੁਹਾਡੇ ਚੈਨਲ ਪੰਜਾਬੀ ਲਾਈਫ ਸਟਾਈਲ ਹੋਮ ਦੇ ਵਿੱਚ। ਅਤੇ ਅੱਜ ਕਰਦੇ ਹਾਂ ਵਲੋਗ ਦੀ ਸ਼ੁਰੂਆਤ। ਅਤੇ ਅੱਜ ਹੈਗਾ ਏ ਡੇ ਸੈਚਰਡੇ, ਡੇਟ ਹੈਗੀ ਆ 18। ਅਤੇ ਆਪਾਂ ਆ ਚੁੱਕੇ ਹਾਂ 30 ਦੁਬਾਰਾ ਤੋਂ, ਜਿਹੜੀ ਕਿ ਤੁਹਾਨੂੰ ਆਪਾਂ ਦੱਸਿਆ ਸੀਗਾ ਨਾ ਸਰਪ੍ਰਾਈਜ਼, ਉਹ ਸਰਪ੍ਰਾਈਜ਼ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਉਹ ਸਰਪ੍ਰਾਈਜ਼ ਤੁਸੀਂ ਜਾਣਨਾ ਹੈ। ਅਤੇ ਉਹਦੇ ਲਈ ਤੁਹਾਨੂੰ 8 ਤੱਕ ਵੀਡੀਓ ਨੂੰ ਵਾਚ ਕਰਨਾ ਪਊਗਾ। ਅਤੇ ਆਹ ਵੇਖੋ ਚਾਹ ਲੈਂਦੇ, ਰਸਗੁੱਲੇ ਖਾਈ ਜਾਂਦੀ ਇਕੱਲੀ ਇਕੱਲੀ। ਅਤੇ ਜੀਵਨ ਗਿਆ ਸੀਗਾ ਸਕੂਲ, ਉਹਦੇ ਮਾਮੂ ਨੂੰ ਲੈਣ ਗਿਆ ਸਕੂਲੋਂ, ਅਤੇ ਉਹ ਥੋੜ੍ਹੀ ਦੇਰ ਤੱਕ ਆ ਜਾਏਗਾ। ਅਤੇ ਮੈਂ ਤੁਹਾਨੂੰ ਬਾਹਰ ਦਾ ਮਾਹੌਲ ਸਾਂਭ ਦਿਖਾਉਂਦੀ ਹਾਂ। ਬਾਹਰ ਜੀ ਗੈਸਟ ਆਏ ਸੀਗੇ, ਮਾਮਾ ਜੀ ਆਏ ਸੀ ਅਤੇ ਮਾਸੀ ਆਈ ਸੀਗੀ। ਅਤੇ ਜੀਵਨ ਨੂੰ ਲੈਣ ਗਿਆ ਸੀਗਾ ਉਹਦਾ ਮਾਮਾ ਜੀ, ਉਹਦੇ ਮਾਮਾ ਜੀ ਸਕੂਲੋਂ ਲੈਣ ਗਏ ਸੀਗੇ। ਅਤੇ ਉਹ ਵੀ ਥੋੜ੍ਹੀ ਦੇਰ ਤੱਕ ਬਸ ਆਉਣ ਹੀ ਵਾਲਾ ਹੈ, ਉਹਦੀ ਵੇਟ ਕਰਦੇ ਪਏ ਹਾਂ ਆਪਾਂ। ਇਸ ਸਰਪ੍ਰਾਈਜ਼ ਨੂੰ ਜਾਣਨ ਵਾਸਤੇ ਵੀਡੀਓ ਦੇ ਵਿੱਚ ਐਂਡ ਤੱਕ ਤੁਹਾਨੂੰ ਬਣੇ ਰਹਿਣਾ ਪਊਗਾ। ਅਤੇ ਹੌਲੀ ਹੌਲੀ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਕੀ ਸਰਪ੍ਰਾਈਜ਼ ਆ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ। ਅਤੇ ਉੱਧਰ ਦੇਖੋ ਜੀਵਨ ਵੀ ਆ ਗਿਆ ਸਕੂਲ ਤੋਂ, ਅਤੇ ਬਸ ਵੀਡੀਓ ਵਿੱਚ ਇੱਦਾਂ ਹੀ ਐਂਡ ਤੱਕ ਬਣੇ ਰਹੋ। ਮਾਸੀ ਨੀ ਦੇਖੀ? ਮਾਸੀ ਪ੍ਰਭ, ਮਾਸੀ ਨਾ ਚੀਜ਼ੀ ਦਵਾਂ, ਆ ਜਾਓ ਭੱਜ ਕੇ, ਭੱਜ ਕੇ ਭੱਜ ਕੇ। ਹਾਂ ਮੈਂ ਲੁਕਾਏ ਆ, ਇੱਧਰ ਦੀ ਵੇਖਣਾ ਸੀ। ਆ ਜਾਓ ਇਰਵਨ, ਚੀਜ਼ੀ ਲੈ ਲਓ, ਚੀਜ਼ੀ ਆ ਜਾਓ, ਆ ਜਾਓ। ਏ ਏ ਏ ਏ ਏ ਏ ਏ ਭੱਜੋ 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 ਭੱਜੋ। ਹੁਣ ਜੀ ਆਪਾਂ ਇੱਥੇ ਪਕਾ ਰਹੇ ਹਾਂ ਰੋਟੀ। ਇਹ ਮੇਰੀ ਮਾਸੀ ਦੀ ਕੁੜੀ ਹੈ ਜਿਹੜੀ ਕਿ ਰੋਟੀਆਂ ਪਕਾ ਰਹੀ ਹੈ। ਹੈਲੋ ਬੋਲ ਮਾਸੀ ਜੀ। ਹੈਲੋ ਹੈਲੋ, ਕੀ ਹਾਲ ਚਾਲ? ਪੁੱਛੋ ਹਾਲ ਚਾਲ, ਪੁੱਛਦਾ। ਹੋਰ ਇਹ ਵਿਚਾਰੀ ਰੋਟੀਆਂ ਪਕਾਉਣ ਲਈ ਅਸੀਂ ਆਉਂਦੀ, ਕੰਮੇ ਲਾ ਦਿੱਤਾ ਵਾ ਵਿਚਾਰੀ ਨੂੰ, ਪਸੰਦ ਨਹੀਂ ਕਰਦੀ ਕਿਤੇ। ਨਹੀਂ ਨਹੀਂ, ਇਹ ਪਕਾ ਲੈਂਦੀ ਹੁੰਦੀ ਹੈ ਸਾਡੇ ਨਾਲ, ਕਰਾ ਕੰਮ ਕਰਾ ਦਿੰਦੀ, ਭਾਵੇਂ ਅਸੀਂ ਇਹਦੇ ਘਰ ਕਰਾਈਏ ਭਾਵੇਂ ਨਾ ਕਰੀਏ, ਪਰ ਸਾਡੇ ਨਾਲ ਕਰਾ ਦਿੰਦੀ। ਹੋਰ ਕੋਈ ਗੱਲਬਾਤ? ਜਦੋਂ ਘਰ ਚ ਕੋਈ ਪ੍ਰੋਗਰਾਮ ਹੋਵੇ ਤੇ ਇੱਦਾਂ ਹੀ ਕੰਮ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੁੰਦਾ ਵਾ। ਤੇ ਹੁਣ ਅਸੀਂ ਕਰਾਂਗੇ ਰੋਟੀ ਪਾਤੀ, ਹੁਣ ਅਸੀਂ ਪਕਾ ਲਈਏ ਰੋਟੀਆਂ। ਇੱਥੇ ਹੁਣ ਸਾਰੀਆਂ ਸਿਸਟਰ ਅਸੀਂ ਰਲ ਮਿਲ ਕੇ ਬਣਾਉਂਦੀਆਂ ਪਈਆਂ ਸੀਗੀਆਂ ਲੰਚ, ਕਿਉਂਕਿ ਬਾਹਰ ਆਏ ਸੀਗੇ ਤੁਹਾਨੂੰ ਪਤਾ ਜਿੱਦਾਂ ਕਿ ਗੈਸਟ, ਅਤੇ ਉਹਨਾਂ ਨੂੰ ਦੁਪਹਿਰ ਦੇ ਲੰਚ ਕਰਵਾਉਣਾ ਸੀਗਾ। ਅਤੇ ਉਹਦੀ ਆਪਾਂ ਤਿਆਰੀ ਕਰਦੇ ਪਏ ਹਾਂ ਰਲ ਮਿਲ ਕੇ, ਚਾਰੇ ਜਾਣੇ ਹਾਂ। ਅਤੇ ਮੰਮੀ ਬਾਹਰ ਉਹਨਾਂ ਲੱਗੇ ਬੈਠੇ ਨੇ, ਅਤੇ ਮਾਸੀ ਜੀ ਉਹਨਾਂ ਲੱਗੇ ਬੈਠੇ ਨੇ। ਹੁਣ ਆਪਾਂ ਜਲਦੀ ਜਲਦੀ ਕਰਦੇ ਲੰਚ ਬਣਾ ਲਈਏ, ਫਿਰ ਮਿਲਦੇ ਹਾਂ ਤੁਹਾਨੂੰ ਵੀਡੀਓ ਵਿੱਚ ਅੱਗੇ। ਇੱਥੇ ਜੀ ਹੁਣ ਟਾਈਮ ਹੋ ਗਿਆ ਸ਼ਾਮ ਦਾ, 5:30 ਦਾ ਟਾਈਮ ਹੋ ਗਿਆ। ਅਤੇ ਹੋਰ ਵੀ ਗੈਸਟ ਆਏ ਸੀਗੇ, ਅਤੇ ਉਦੋਂ ਤਾਂ ਆਪਾਂ ਵੀਡੀਓ ਕਲਿੱਪ ਸ਼ੂਟ ਹੋ ਨਹੀਂ ਸਕੀ, ਅਤੇ ਹੁਣ ਚੱਲੇ ਸੀਗੇ, ਅਤੇ ਥੋੜ੍ਹੀ ਜਿਹੀ ਕਲਿੱਪ ਆਪਾਂ ਉੱਥੇ ਲੈ ਲਈ ਆ। ਅਤੇ ਤਾਇਆ ਜੀ ਅਤੇ ਤਾਇਆ ਜੀ ਦੇ ਬੇਟਾ ਅਤੇ ਉਹਨਾਂ ਦੀਆਂ ਦੋਨੋਂ ਨੌਂ ਤਾਈ ਜੀ ਆਏ ਸੀਗੇ, ਅਤੇ ਉਹ ਵੀ ਹੁਣ ਘਰ ਨੂੰ ਵਾਪਸ ਚੱਲੇ ਆ। ਅਤੇ ਹੁਣ ਆਪਾਂ ਅਤੇ ਇੱਥੇ ਹੁਣ ਆਪਾਂ ਉਹਨਾਂ ਨੂੰ ਤੋਰਨ ਲੱਗੇ ਹਾਂ। ਅਤੇ ਸਾਰੇ ਜਾਣੇ ਮੰਮੀ ਨੇ ਬਣਾਇਆ ਸੀਗਾ ਸਾਗ ਚੁੱਲ੍ਹੇ 'ਤੇ, ਅਤੇ ਮੰਮੀ ਉੱਥੇ ਬੈਠੇ ਸੀਗੇ, ਅਤੇ ਸਾਰੇ ਜਾਣੇ ਉਹਨਾਂ ਦੇ ਲਾਗੇ ਜਾ ਕੇ ਕਰੀਏ, ਕਿਉਂਕਿ ਉੱਥੇ ਅੱਜ ਬਹੁਤ ਜ਼ਿਆਦਾ ਠੰਡ ਸੀਗੀ, ਅਤੇ ਇੱਥੇ ਚੁੱਲ੍ਹੇ ਲਾਗੇ ਥੋੜ੍ਹਾ ਜਿਹਾ ਨਿੱਘ ਸੀਗਾ, ਅਤੇ ਤੁਹਾਨੂੰ ਪਤਾ ਅੱਗ ਦੇ ਲਾਗੇ ਨਿੱਘ ਹੁੰਦਾ ਹੈ।
अग बलती पई है तो कौन अग दे लागे खड़ना नहीं चाहता सर्दियों के बेच तो हूँ आप जाने सारे जने खड़े हुए थे तो हूँ आप चलो तोरते हैं। तो वीडियो अगे बदल तो पहले सारे मेरे व्यूवर्स अगर रिक्वेस्ट है कि प्लीज़ है जिन्होंने अपने चैनल सबसक्राइब नहीं किया वीडियो इतने ही पॉज करके चैनल में सबसक्राइब जरूर करो तो अपने रिव्यू भी दो कि तुम अपनी अज की वीडियो किदा की लगी लाइक करो शेयर करो कमेंट करके भी जरूर दस्यो कि तुम वीडियो किमें भी लगी है तो प्लीज़ सबसक्राइब करना बिल्कुल ना भुलना। शाम के 6:30 का टाइम हो गया तो फुल तैयारी चलती पई है ब्रदर के जाने की जिहड़ा कि आप तुम्हें सरप्राइज देना सी हुण मैं रिवील कर दिंदी हाँ कि आप इतने क्यों कट्ठे हुए हैं क्योंकि ब्रदर ने जाना है फॉरन तो उसकी सवेरे की फ्लाइट है 11 बजे की तो इस करके जाने करके तोरन वास्ते आप आए हुए हैं तो सारे जने पूरी फुल रौनक लगे हुई हैं सारे घर के देखो कितना कोई इधर तुरै फिर कोई उधर तुरै फिर पूरी मैं चलती पी रौला प्रप्पा पूरा पैंता पाया है कोई समझ नहीं आती कौन की करन दा की नहीं इधर जो मेरा काम आप नहीं कुछ भी किया अजय जी तैयारी करनी सवेरे उन्हें तुरना 6 बजे तो हाड़ी अजय तैयारी कोई नहीं हुई उसकी तुरन वाली कोई पैकिंग अभी की नहीं तो हम आप करा उसकी पैकिंग तुम दिखाने घर गैसट आ करके पूरा खिलारा पिया होगा तो इतने मैं ब्रदर के जोड़े पंजाबी उन्हें खड़ने से उन्होंने थोड़िया जी सीना लगानिया सो वो लगावगी बड़े ही लानी हाँ भी पग पानी बच्चे हूं चह चह मैं बंद हो गई है कह 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 लाई सी ना हूं बोल दे नहीं गे ले अद्धी रात वे झाड़ू ना किदा गए किदा मैं नी उधड़ धुमी चुकी पई इन्होंने बाय बाय इरवन बाय बाय करो नो जिन्हें पहली बार जाना होनू होर तरह होंगे ना आप आहो ये तो गल है मतलब जो जानकारी हो जाए ना फिर गल होर होंगी है बड़ी वधिया चीज ही हां बंदा इहदे विच दो चीजां गल च पा के लै जे मैं आप इत्थे चले गया शेर तो हूँ चलिया है वीर उन्होंने आप सारे जने तुरन लगे हैं तो बहर बहुत ज़्यादा रौला पै गया इस करके अं दो जन आ गया मैं तो सलंधर तो हूँ आप तोरिए तो फिर आप थोड़ी देर तक बाद चलो हूँ सारे जने बाहर तैयार हो गए खड़ गए तो जल्दी जल्दी हूँ आप जाने तो तुर के आने तो आवे बस सारे जने रेडी हो गए सिर सिर ना रौला पैदा तेन दिखाने आप नहीं
ਚੱਲ ਸੁਭਿਆ ਆ ਬਹਿ 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 ਓਏ ਬਹਿ ਕੇ ਵਿੱਚ ਲੋਈ ਦੇ ਦੋ ਕੰਬਣ ਦੇ ਲੋਈ ਉੱਤੇ ਕੀ 10 ਮਿੰਟ ਉੱਤੇ ਬਣਾ ਦੇ ਲੋਈ ਲੈਣਾ बंद करता इतने जी हम आप पहुँच गए एयरपोर्ट अमृतसर एयरपोर्ट तो इतने जीडिया क्लिप्स से इस जीवन ने शूट कीतिया क्योंकि वह गया अपने नानी के मामू के नाल ते मैं नहीं सी तो ना ही घर की कोई लेडी नहीं सी सिर्फ जेंट्स जेंट्स ही गए थे तो क्योंकि आप बारों तो सीव ऑफ करके आ जाना हों आप अंदर तक जाना हों तो इस करके आप घरों सारे ने मिलिया तो आप घर ही गए थे तो ब्रदर के नाल गए थे जगरीप गए थे तो चाचा जी नहीं गए थे तो हूँ फिर मैं भी एंट्री होनी पई है तो सवेर का टाइम हो गया सत्त बजे का टाइम हो गया सीगा ते तुसी दसो तुहानू अज दी अपनी वीडियो किदां दी लगी अगर वीडियो थोड़ी वधिया लगी होए प्लीज़ लाइक कर दिओ शेयर कर दिओ चैनल नू कर दिओ सबसक्राइब जिहड़े व्यूअर्स आए आ अपने चैनल ते नवे जिन्हां ने अजे तक अपने चैनल नू सबसक्राइब नहीं किया प्लीज़ चैनल नू सबसक्राइब करके जरूर जाओ ते अपने रिव्यू भी जरूर दिया करो कि तुहानू अपनी वीडियो किवें दी लगी ते बस जी इस सीगा अज दा अपना व्लॉग आई होप तुहानू सारयां नू पसंद आया होगा ते इत्थे हुण ब्रदर दी हुंदी पई आ एंट्री अंदर इत जी हम ब्रदर जाता पै तो बाकी घर छड़ने बिल्कुल सौखे नहीं आ रब ने परमात्मा ने यह कहने की खेड बनाई है कि आपू अपना दाना पानी चुगन वास्ते तो आप जो रब ने एक की कहते होंगे ढिड लाया हो पेट लाया होया है यू भरन वास्ते ही आप सारी उम्र कमाते रहने अपने परिवार बदले अपने आप बदले तो ये करके आप छड़ने पैंदे ने घर छड़ने सौखे तो होंगे नहीं है बट मजबूरियां एवें दियां बड़ियां ने कि आपू अपना परिवार छड़ के ते एक ऐसी जगह पर जाके अपना एक परिवार अलग बनाना पैंदा है जिते अपन ना चाहते होया भी जाना पैंदा है पर फिर भी चलो कमाइयां करन बदले सब नू जाना पैंदा है तो सब ही सारे करते हैं कोई कितने जाता है कोई अपने घर च बैठ के करता है सारे आपको अपनी मेहनत करते हैं तो बस जी अज की वीडियो इन्ना ही तो तुम दसो तुम अभी अपनी वीडियो किदा की लगी प्लीज़ जो वीडियो वधिया लगी हो लाइक शेयर करो जरूर तो मिलते हैं जी किसी नैक्सट वीडियो के नाल तद तक के लिए सारे सत श्रीकाल थैंक यू फॉर वॉचिंग प्लीज़ चैनल में सबसक्राइब करना बिल्कुल ना भुलना मिलते हैं जी किसी नैक्सट वीडियो के नाल तद तक के लिए सारे सत श्रीकाल हंसते रहो वसते रहो खुश रहो आप अपने परिवार के फैमिली के फ्रेंड्स के बाय बाय to all of my viewers. Okay, like.